ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ। ਅੱਜ ਸਾਡੇ ਨਾਲ ਨੇ ਆਜ਼ਾਦ ਉਮੀਦਵਾਰ ਗੁਰਪ੍ਰੀਤ ਕੌਰ ਜੀ, ਜਿਨ੍ਹਾਂ ਨੇ ਇੱਕ ਫਾਊਂਡੇਸ਼ਨ ਵੀ ਚਲਾ ਰਹੇ ਆ। ਆਪਾਂ ਉਹਨਾਂ ਕੋਲ ਜਾਣਾਂਗੇ ਕਿ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰੇ ਹੋ, ਗੁਰਦਾਸਪੁਰ ਤੋਂ ਫਾਊਂਡੇਸ਼ਨ ਚਲਾ ਰਹੇ ਸੀ, ਕਿਹੜੇ ਤੁਹਾਡੇ ਮੁੱਦੇ ਰਹਿਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਮੇਰੇ ਮੁੱਦੇ ਤਾਂ ਮੇਨ ਐਜੂਕੇਸ਼ਨ ਔਰ ਨਸ਼ਾ ਖਤਮ ਕਰਾਂਗੇ ਆਪਾਂ ਪਹਿਲ ਦੇ ਆਧਾਰ ਤੇ, ਡਰੋਨ ਡਰੋਪਿੰਗ ਖਤਮ ਕਰ ਦਾਂਗੇ ਗੁਰਦਾਸਪੁਰ ਤੋਂ, ਤੇ ਐਜੂਕੇਸ਼ਨ ਲੈ ਕੇ ਆਵਾਂਗੇ ਫ੍ਰੀ ਆਫ ਕੋਸਟ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਆਪਾਂ ਹਰ ਪਿੰਡ ਹਰ ਕਸਬੇ 'ਚ ਜਿਨ੍ਹਾਂ ਦੇ ਨਾਮ ਤੇ ਗੁਰਦਾਸਪੁਰ ਸ਼ਹਿਰ ਵਸਿਆ ਸੀ, ਉਹਨਾਂ ਦੇ ਮਹੰਤ ਗੁਰੀ ਅਰਦਾਸ ਜੀ ਦੇ ਨਾਮ ਤੇ ਆਪਾਂ 1616 ਪਿੰਡ ਬਣਦੇ ਆ ਗੁਰਦਾਸਪੁਰ ਲੋਕ ਸਭਾ ਹਲਕਾ ਦੇ, ਬਾਕੀ ਕਸਬੇ ਨੇ ਸ਼ਹਿਰ ਨੇ ਜਿਹੜੇ ਵਾਰਡਾਂ ਮੁਤਾਬਿਕ ਉੱਥੇ ਇੱਕ ਇੱਕ ਐਂਬੂਲੈਂਸ ਦਿੱਤੀ ਜਾਊਗੀ, ਤੇ ਪਾਣੀ ਔਰ ਲਾਈਟਾਂ ਦਾ ਖਾਸ ਤੌਰ ਤੇ ਪਹਿਲ ਦੇ ਆਧਾਰ ਤੇ ਐਂਬੂਲੈਂਸ ਫੰਡ 'ਚੋਂ ਮੈਂ ਮਤਲਬ ਪ੍ਰੋਜੈਕਟ ਲੈ ਕੇ ਆਊਂਗੀ। ਬਾਕੀ ਮੈਂ ਕਿਸਾਨ ਦੀ ਧੀ ਹੋਣ ਤੇ ਕਹੂੰਗੀ ਕਿ ਇੰਡਸਟਰੀ ਐਕਟ ਨੂੰ ਖੇਤੀਬਾੜੀ ਥੱਲੇ ਲਿਆਂਦਾ ਜਾਏਗਾ। ਜੇ ਇੰਡਸਟਰੀ ਐਕਟ ਲਾਗੂ ਹੁੰਦਾ ਹੈ, ਖੇਤੀਬਾੜੀ ਉਹਦੇ ਥੱਲੇ ਆਉਂਦੀ ਹੈ, ਤੇ ਸਾਡੇ ਕਿਸਾਨ ਕੋਈ ਵੀ ਖੁਦਕੁਸ਼ੀ ਨਹੀਂ ਕਰੇਗਾ। ਜੇ ਗੱਲ ਕੀਤੀ ਜਾਵੇ ਦੂਸਰੀਆਂ ਪਾਰਟੀਆਂ ਦੀ, ਤੇ ਉਹਨਾਂ ਦਾ ਚੋਣ ਪ੍ਰਚਾਰ ਜਿਹੜਾ ਵਾ ਬਹੁਤ ਹਾਈ ਲੈਵਲ ਤੇ ਚੱਲ ਰਿਹਾ ਵਾ, ਜਿੱਥੇ ਵੇਖਿਆ ਜਾਵਾ ਕਿ ਉਹਨਾਂ ਨੇ ਪੋਸਟਰਾਂ ਤੋਂ ਲੈ ਕੇ ਰੈਲੀਆਂ ਵੱਡੀਆਂ ਵੱਡੀਆਂ ਕੀਤੀਆਂ ਜਾ ਰਹੀਆਂ, ਤੁਸੀਂ ਕਿਸ ਤਰ੍ਹਾਂ ਫਾਈਟ ਕਰ ਪਾਓ? ਮੈਂ ਉਹਨਾਂ ਨੂੰ ਕਈ ਪਾਰਟੀਆਂ ਦੇ, ਉਹਨਾਂ ਨੂੰ ਤਾਂ ਜ਼ੀਰੋ ਜ਼ੀਰੋ ਮਤਲਬ ਨਤੀਜਾ ਚਾਹੇ ਕੋਈ ਵੀ ਹੋਏ, ਪਰ ਮੈਂ ਇਹ ਕਹਿੰਦੀ ਕਿ ਤੁਸੀਂ ਰੁਜ਼ਗਾਰ ਦੀ ਕਿਉਂ ਨਹੀਂ ਗੱਲ ਕਰਦੇ? ਆਪਾਂ ਚੰਦਰਯਾਨ 3 ਦੀ ਗੱਲ ਕਰਦੇ ਹਾਂ, ਬਹੁਤ ਵਧੀਆ ਗੱਲ ਹੈ, ਵਿਗਿਆਨ ਦਾ ਯੋਗਾ, ਅਸੀਂ ਵੀ ਸਾਇੰਸ ਪੜ੍ਹੇ ਲਿਖੇ ਹਾਂ, ਸਾਇੰਸ ਨੂੰ ਪੜ੍ਹ ਕੇ ਆਏ ਹਾਂ, ਪਰ ਜੇ ਆਪਾਂ ਗੱਲ ਕਰ ਲਈਏ ਮਕੌੜੇ ਪੱਤਨ ਪੁੱਲ ਤੋਂ ਪਾਰ ਦੀ ਗੱਲ ਹੈ, ਤੇ ਹਲੇ ਤਾਈਂ ਸਾਨੂੰ ਪੁੱਲ ਨਹੀਂ ਦਿੱਤਾ ਉਹਨਾਂ ਦਾ। ਬਿਲਕੁਲ ਦੇਖਿਓ ਤੁਸੀਂ, 10 ਜੂਨ ਤੋਂ ਬਾਅਦ ਕੱਟ ਆਫ ਹੋ ਜਾਣਾ ਹੈ ਸਾਡਾ, ਬਿਲਕੁਲ ਹਿੰਦੁਸਤਾਨ ਨਾਲੋਂ ਬਿਲਕੁਲ ਉਹ ਬਾਰਡਰ ਤੇ ਨੇ, ਉਹ ਪਿੰਡਾਂ ਦਾ ਕੱਟ ਆਫ ਹੋ ਜਾਣਾ ਹੈ, ਨਾ ਉੱਥੇ ਕੋਈ ਰਿਸ਼ਤੇਦਾਰੀ ਹੈ, ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉਹ ਲੋਕ ਆ ਚੁੱਕੇ ਆ ਇੱਧਰ ਆਪਣਾ ਉੱਧਰ ਥਾਂ ਵੇਚ ਕੇ। ਤਾਂ ਮੈਨੂੰ ਬਹੁਤ ਜ਼ਿਆਦਾ ਲੋਕਾਂ 'ਚ ਉੱਧਰ ਵਿਚਰ ਕੇ ਪਤਾ ਲੱਗਿਆ ਕਿ ਇੱਧਰ ਬਹੁਤ ਮਿਨਿਸਟਰਸ ਨੇ ਆਪਣੇ ਘਰ ਬਣਾ ਲਏ, ਫਾਰਮ ਹਾਊਸ ਬਣਾ ਲਏ, ਇਨਲੀਗਲ ਕੰਮ ਵੀ ਉੱਥੇ ਕਰਦੇ ਨੇ। ਪਰ ਮੈਂ ਗੁਰਦਾਸਪੁਰ ਦੀ ਸਾਧ ਸੰਗਤ ਨੂੰ ਅਪੀਲ ਕਰਦੀ ਹਾਂ ਕਿ ਮੈਂ ਹਜੇ ਪਾਵਰਲੈਸ ਹਾਂ, ਮੈਂ ਜਿੰਨਾ ਵੀ ਤੁਹਾਡੇ 'ਚ ਆਈ ਹਾਂ, ਤੁਸੀਂ ਮੈਨੂੰ ਸੋਚ ਤੋਂ ਵੱਧ ਕੇ ਪਿਆਰ ਦਿੱਤਾ ਹੈ, ਤੇ ਜਿੱਥੇ ਜਿੱਥੇ ਮੈਂ ਨਹੀਂ ਵੀ ਗਈ, ਇਹ ਨਾ ਆਖਿਓ ਕਿ ਤੂੰ ਇੱਕ ਵਾਰੀ ਆ ਕੇ ਆਪਣੀ ਸ਼ਕਲ ਦਿਖਾ ਜਾ, ਮਿਲ ਜਾ, ਵੋਟਾਂ ਤੇਰੀਆਂ ਨੇ, ਪਰ ਮੈਂ ਹੱਥ ਬਣ ਕੇ ਤੁਹਾਡੇ ਮਾਧਿਅਮ ਥਰੂ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਮੈਂ ਤੁਹਾਡੀ ਧੀ ਹਾਂ, ਤੁਹਾਡੀ ਆਵਾਜ਼ ਬਣ ਕੇ ਬੋਲੂੰਗੀ। ਤੁਸੀਂ ਨਹੀਂ ਚਾਹੁੰਦੇ ਕਿ ਸਰਦਾਰਨੀ ਸਦਾ ਕੌਰ ਦੇ ਨਾਮ ਤੇ ਇੱਕ ਸੈਂਟਰ ਬਣੇ, ਜਿਨ੍ਹਾਂ ਦੇ ਨਾਮ ਤੇ ਸਾਨੂੰ ਰਾਜਭਾਗ ਮਿਲਿਆ, ਅਸੀਂ ਸਰਦਾਰੀ ਕਰੀ, ਮੈਂ ਉਹਦੇ ਪਹਿਲ ਦੇ ਆਧਾਰ ਤੇ ਉਹਦਾ ਮੁੱਦਾ ਉਠਾਵਾਂਗੀ ਜਾ ਕੇ ਕੇਂਦਰ 'ਚ। ਫਾਊਂਡੇਸ਼ਨ ਦੀ ਗੱਲ ਕੀਤੀ ਜਾਵੇ ਤੇ ਉਹਦੇ ਵਿੱਚ ਤੁਸੀਂ ਕਿਹੜੇ ਕਿਹੜੇ ਕੰਮ ਹੁਣ ਤੱਕ ਜਿਹੜੇ ਕੀਤੇ ਆ? ਉਹਦੇ ਵਿੱਚ ਮੈਨੂੰ ਲੱਗਦਾ, ਮੈਂ ਛੋਟੀ ਉਮਰ ਦੀ ਗੱਲ ਚਲੋ ਛੱਡ ਦੋ, ਵਿਚਾਰਾਂ ਦੀ ਗੱਲ ਜੇ ਮੈਂ ਕਰਾਂ ਤਾਂ ਉਹਦੇ ਤਾਂ ਮੈਂ ਜੇ ਗੱਲ ਕਰਦੀ ਹਾਂ ਪੰਥ ਦੇ ਸਭ ਤੋਂ ਵੱਡੇ ਲੋਕਾਂ ਦੀ, ਪਰ ਮੈਨੂੰ ਇਹ ਦੱਸ ਦਿਓ ਕਿਹੜਾ ਕੌਣ ਕਹਿੰਦਾ ਹੈ ਕਿ ਗੜੀ ਚਮਕੌਰ ਦੀ ਮਿਸ਼ਨ ਤੇ ਕਾਂਸਰ ਆਉਂਦੀ, ਪਰ ਕੌਣ ਇਹ ਗੱਲ ਕਰਦਾ ਹੈ ਕਿ ਆਪਾਂ, ਮੈਂ ਇੱਕ ਫੋਟੋ, ਆਪਾਂ ਫੋਟੋ ਭਾਸ਼ਾ ਮੈਂ ਤਾਂ ਵਰਤ ਰਹੀ ਹਾਂ ਕਿ ਦੱਸਣਾ ਜ਼ਿਆਦਾ ਠੀਕ ਰਹੇਗਾ, ਸਾਹਿਬਜ਼ਾਦਿਆਂ ਦੇ ਇੱਕ ਸਰੂਪ ਤਿਆਰ ਕਰਵਾਇਆ ਸੀਗਾ, ਉਹ 'ਚ ਉਹਦੇ ਵਿੱਚ ਗੜੀ ਚਮਕੌਰ ਦੀ ਔਰ ਕਾਂਸਰ ਆਉਂਦੀ ਬਣਾਈ ਸੀਗੀ, ਉਹ ਫੋਟੋ ਦੇ ਥਰੂ ਮੈਨੂੰ ਮਤਲਬ ਬਾਹਰ ਤੋਂ ਵੀ ਬਹੁਤ ਜ਼ਿਆਦਾ ਸਪੋਰਟ ਮਿਲੀ, ਬਾਹਰ ਵੀ ਲੋਕਾਂ ਨੇ ਕਿਹਾ ਕਿ ਆਓ, ਈਵਨ ਕਿ ਵਾਈਟ ਹਾਊਸ ਤੱਕ ਵੀ ਕਹਿਤਾ ਸੀਗਾ ਕਿ ਦੁਨੀਆਂ ਦੀ ਮੋਸਟ ਪਾਵਰਫੁਲ ਹੈ ਉਹ ਹਾਊਸ, ਵਾਈਟ ਹਾਊਸ ਤੋਂ ਕਿਸੇ ਨੂੰ ਵੈਸੇ ਫੋਨ ਆ ਜੇ ਨਾ ਤੇ ਕੋਈ ਖੜਦਾ ਨਹੀਂ ਇੱਥੇ, ਤੇ ਮੈਂ ਕਿਹਾ ਸੀ ਮੈਂ ਵਾਈਟ ਹਾਊਸ ਨਹੀਂ ਜਾਣਾ, ਬੇੜਾ ਗਰਕ ਸਾਡੇ ਇੱਥੇ ਪੰਜਾਬ ਦਾ ਹੈ, ਸਾਹਿਬਜ਼ਾਦਿਆਂ ਦੀ ਜੇ ਮੈਂ ਨਾਮ ਲੈ ਕੇ ਚੱਲੀ ਹਾਂ ਤਾਂ ਉਹਨਾਂ ਦੀ ਕੁਰਬਾਨੀ ਸ਼੍ਰੀ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਆ, ਤਾਂ ਮੈਂ ਇੱਥੇ ਹੀ ਰਹਿਣਾ ਹੈ, ਤਾਂ ਮੈਂ ਉਹ ਵੀ ਚੀਜ਼ ਨੂੰ ਸਾਈਡ ਕਰਕੇ ਅੱਜ ਤੋਂ 3 ਸਾਲ ਪਹਿਲਾਂ ਤੇ ਮੈਂ ਮਤਲਬ ਆਪਣੀ ਸੇਵਾ 'ਚ ਲੱਗ ਗਈ। ਸੇਵਾ ਕਰਦੇ ਕਰਦਿਆਂ ਏਦਾਂ ਹੀ ਮੌਕਾ ਬਣ ਗਿਆ ਕਿ ਮੈਂ ਕਿਤੇ ਰਾਸ਼ਟਰਪਤੀ ਭਵਨ ਜਾਵਾਂ, ਰਾਸ਼ਟਰਪਤੀ ਭਵਨ ਜਾ ਕੇ ਮੈਂ ਇਹ ਗੱਲ ਸੋਚੀ ਕਿ ਇੱਕ
ਇੱਥੇ ਕਿਉਂ ਨਹੀਂ ਸਾਹਿਬਜ਼ਾਦਿਆਂ ਦੀ ਫੋਟੋ ਆਪਾਂ ਲਾ ਸਕਦੇ? ਪੰਜਾਬੀਆਂ ਨੇ, ਸਾਡੀ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਕਰੀਆਂ ਹੈ, ਹੁਣ ਵੀ ਕਰ ਰਹੇ, ਹੁਣ ਵੀ ਸਭ ਤੋਂ ਚੀਨ ਦੇ ਬਾਰਡਰ ਤੇ ਸਾਡੇ ਪੰਜਾਬੀ ਵੀਰ ਆ, ਅੱਜ ਵੀ ਡੱਬਿਆਂ ਚ ਬੰਦ ਹੋ ਕੇ ਲਾਸ਼ਾਂ ਪੰਜਾਬ ਵੱਲ ਨੂੰ ਸਭ ਤੋਂ ਸਾਡੇ ਨੌਜਵਾਨਾਂ ਦੀਆਂ ਆਉਂਦੀਆਂ ਹੈ, ਉਹਦੀ ਕੋਈ ਨੀ ਗੱਲ ਕਰੇਗਾ? ਉਸ ਤੋਂ ਬਾਅਦ ਮੈਂ ਉੱਥੇ ਗੱਲ ਕਰਦਿਆਂ ਕਰਦਿਆਂ, ਇਹ ਤਾਂ ਫਿਰ ਇੱਕ ਪਾਰਟੀਆਂ ਦਾ ਏਜੰਡਾ ਹੋ ਜਾਂਦਾ, ਤੁਸੀਂ ਸਾਡੀ ਪਾਰਟੀ ਜਾਓ ਤੇ ਤੁਹਾਡੀ ਹੈਲਪ ਤਾਂ ਕਰਨੀ ਹੈ। ਜੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਯੰਗ ਏਜ ਦੇ ਜਿਹੜੇ ਉਹ ਤੁਸੀਂ, ਉਹ 26 ਸਾਲ ਦੀ ਉਮਰ ਆ ਭੈਣ ਜੀ ਗੁਰਪ੍ਰੀਤ ਹੋਣਾ ਦੀ, ਜਿਨ੍ਹਾਂ ਨੇ ਇਲੈਕਸ਼ਨ ਲੜਨ ਦਾ ਇੱਕ ਸੰਕਲਪ ਲਿਆ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਤੁਹਾਡੇ ਅੰਦਰ ਇੰਨਾ ਸਟਰੋਂਗਪਨ ਕਿਸ ਤਰ੍ਹਾਂ ਆਉਂਦਾ ਕਿ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ ਤੇ ਤੁਸੀਂ ਫਿਰ ਚੋਣ ਮੈਦਾਨ ਦੇ ਵਿੱਚ ਨਿਤਰਦੇ ਹੋ? ਪੂਰੀ ਘਟਨਾ ਦੱਸਿਓ। ਮੈਂ ਕਦੇ ਵੀ ਅੱਜ ਤੱਕ ਆਪਣੇ ਨਿੱਜੀ ਵਿਚਾਰ ਨਹੀਂ ਕਿਤੇ ਰੱਖੇ, ਨਾ ਫੈਮਿਲੀ ਬਾਰੇ ਬੋਲਿਆ ਹੈ, ਪਰ ਫਿਰ ਵੀ ਮੈਂ ਸਾਧ ਸੰਗਤ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਫਾਦਰ ਸਾਹਿਬ ਥੋੜ੍ਹੇ ਜਿਹੇ ਢਿੱਲੇ ਹੋਏ ਸੀ 23 ਮਈ ਨੂੰ। ਵੈਸੇ ਤਾਂ ਥੋੜ੍ਹੇ ਉਹ ਪਹਿਲਾਂ ਬਹੁਤ ਦੇਰ ਦੇ ਢਿੱਲੇ ਮੱਠੇ ਰਹਿੰਦੇ ਸੀਗੇ, ਉਹਨਾਂ ਦਾ ਚੰਡੀਗੜ੍ਹ ਤੋਂ ਕਿਸੇ ਨਾਮੀ ਹੋਸਪਿਟਲ ਤੋਂ ਇਲਾਜ ਚੱਲਦੇ ਸੀ, ਮੈਡੀਸਨ ਚੱਲਦੀ ਸੀ, ਤਾਂ ਮੈਂ ਇੱਥੇ ਵੋਟਾਂ ਕਰਕੇ ਇੱਥੇ ਹੋਣ ਕਰਕੇ ਮੈਂ ਉਹਨਾਂ ਨੂੰ ਬਟਾਲਾ ਦੇ ਸਰਕਾਰੀ ਹੋਸਪਿਟਲ ਲੈ ਕੇ ਆਈ। ਮੈਡੀਕਲ ਹੋਸਪਿਟਲ ਦੇ ਤਾਂ ਮੈਂ ਪਹਿਲਾਂ ਹੀ ਕੰਮ ਕਰਦੀ ਸੀ, ਕਿਉਂਕਿ ਉਹਨਾਂ ਦੇ ਨਾਲ ਜਾਣਾ, ਦਵਾਈ ਬਾਹਰ ਅੰਦਰ ਜਾਣਾ, ਉਹਨਾਂ ਨੂੰ ਲੈ ਕੇ ਤਾਂ ਲੋਕਾਂ ਨੇ ਮਿਲਣਾ ਤੇ ਕਹਿਣਾ ਕਿ ਸਾਨੂੰ ਦਵਾਈ ਲੈ ਦੇ, ਚੱਲ ਤੂੰ ਆਹ ਕਰ ਦੇ, ਤਾਂ ਉਦੋਂ ਸੋਚਿਆ ਕਿ ਇੱਕ ਹੋਸਪਿਟਲ ਸਾਡਾ ਇੱਦਾਂ ਦਾ ਬਣ ਜੇ। ਤੇ ਪਾਪਾ ਨੂੰ ਲੈ ਕੇ ਜਦ ਗਏ ਆ ਹੋਸਪਿਟਲ, ਤਾਂ ਵੀਲ ਚੇਅਰ ਵੀ ਨਹੀਂ ਸੀਗੀ, ਕਿਉਂਕਿ ਇੰਜੈਕਸ਼ਨ ਮੈਡੀਸਨ ਸਾਡੇ ਕੋਲ ਸੀਗੀਆਂ, ਅਸੀਂ ਬਸ ਲਵਾਉਣੀਆਂ ਸੀ ਡਾਕਟਰ ਸਾਹਿਬਾਨਾਂ ਕੋਲ। ਤਾਂ ਮੈਂ ਕਹਿੰਦੀ ਕਿ ਪ੍ਰਸ਼ਾਸਨ ਬਟਾਲੇ ਦੇ ਸਰਕਾਰੀ ਹੋਸਪਿਟਲ ਦੀ ਵੀਡੀਓ ਕਢਾਏ ਔਰ ਦੇਖੇ, ਉਹਨੂੰ ਪਤਾ ਲੱਗੇ ਕਿ ਮੈਂ ਕਿਵੇਂ ਉੱਥੇ ਤੜਫੀ ਆ, ਕਿੰਨੇ ਲੋਕ ਮੈਨੂੰ ਮਿਲੇ ਆ। ਇਹ ਤਾਂ ਖੁਦ ਮੈਂ ਆਪ ਸੀ, ਮੈਂ ਆਪਣੀ ਹੱਡ ਬੀਤੀ ਦੱਸ ਰਹੀ ਹਾਂ ਸਾਧ ਸੰਗਤ ਨੂੰ। ਬਾਕੀ ਪਾਪਾ ਨੇ ਬੜੀ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ, ਪਾਲਿਆ ਏ, ਤੇ ਹੌਸਲਾ ਸਾਹਿਬਜ਼ਾਦਿਆਂ ਦਾ ਵੀ ਆ ਹੌਸਲਾ। ਮੈਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਬੁੱਢਾ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ 7ਵੇਂ ਜਥੇਦਾਰ ਨੇ, ਤਾਂ ਮੇਰਾ ਬਚਪਨ ਤੋਂ ਹੀ ਮੇਰੇ ਤੇ ਉਹਨਾਂ ਦਾ ਮਿਹਰ ਭਰਿਆ ਹੱਥ ਰਿਹਾ ਆ, ਤਾਂ ਹੌਸਲਾ ਉਹੀ ਹੈ ਮੇਰਾ। ਜੇ ਗੱਲ ਕੀਤੀ ਜਾਵੇ ਕੱਲ ਤੁਸੀਂ ਇੱਕ ਵੱਡੀ ਰੈਲੀ ਕਰਨ ਜਾ ਰਹੇ ਹੋ, ਹਾਂਜੀ, ਰੂਟ ਕੀ ਰਹੇਗਾ ਔਰ ਲੋਕਾਂ ਨੂੰ ਜਾਂਦਿਆਂ ਦੇ ਮੈਸੇਜ ਕੀ ਦੇਣਾ ਚਾਹੋਗੇ? ਹਾਂਜੀ, ਇੱਥੇ ਸਭ ਤੋਂ ਵੱਡੀ ਗੱਲ ਮੈਂ ਇਹ ਵੀ ਇੱਕ ਦੱਸਣਾ ਚਾਹੁੰਦੀ ਹਾਂ ਰੂਟ ਤੋਂ ਪਹਿਲਾਂ ਵੀ, ਕਿ ਬੜੀਆਂ ਐਸੀਆਂ ਜਥੇਬੰਦੀਆਂ ਸੀ ਜਿਨ੍ਹਾਂ ਦੇ ਮੈਨੂੰ ਪਰਸਨਲੀ ਕਾਲ ਆਏ, ਚਾਹੇ ਕਿ ਉਹ ਰੈਲੀਆਂ ਦੂਜਿਆਂ ਦੀ ਚ ਗਏ, ਬੜੇ ਵੱਡੇ ਨਾਮੀ ਗੁਰੂ ਘਰ ਸੀਗੇ, ਤਾਂ ਜਿਹੜੇ ਕਹਿੰਦੇ ਸੀ ਗੁਰਪ੍ਰੀਤ ਆ ਇੰਨੇ ਲੋਕ ਬੈਠੇ ਆ, ਇੰਨੇ ਸਰਪੰਚ ਬੈਠੇ, ਇੰਨੇ ਲੋਕ ਬੈਠੇ, ਸਾਰੇ ਤੇਰੇ ਨਾਲ ਆ, ਤੂੰ ਪਿੰਡਾਂ ਚ ਜਾ ਮੀਟਿੰਗਾਂ ਕਰ, ਤੈਨੂੰ ਸਾਰੇ ਵੋਟ ਪਾਵਾਂਗੇ, ਝੰਡੀ ਸਾਹੇ ਸਾਡੀ ਕਿਸੇ ਵੀ ਪਾਰਟੀ ਦੀ, ਮੈਂ ਪਾਰਟੀਜ਼ ਦਾ ਨਾਮ ਨਹੀਂ ਲਊਗੀ। ਤਾਂ ਜਦੋਂ ਮੈਨੂੰ ਜਥੇਦਾਰ ਭਾਈ ਬਲਦੇਵ ਸਿੰਘ ਬਟਾਲਾ ਜੀ ਦਾ ਸਮਰਥਨ ਮਿਲਿਆ, ਤੇ ਫੋਨ ਕਰ ਕਰਕੇ ਕਹਿੰਦੇ, ਉਧਰੋਂ ਤਾਂ ਮੇਰੇ ਫਾਦਰ ਸਾਹਿਬ ਦੇ ਘਰੇ ਮੇਰੀ ਦਿੱਕਤ ਇਹ ਪੈ ਗਈ, ਉਧਰੋਂ 2 ਦਿਨ ਪਹਿਲਾਂ ਹੀ ਇੱਧਰ ਗੱਲ ਹੋਈ ਸੀਗੀ, ਇਹਨਾਂ ਦਾ ਸਮਰਥਨ ਮਿਲਿਆ, ਕਹਿੰਦੇ ਗੁਰਪ੍ਰੀਤ ਤੂੰ ਗਲਤੀ ਕਰ ਲਈ, ਗੁਰਪ੍ਰੀਤ ਤੂੰ ਗਲਤੀ ਕਰ ਲਈ, ਪਰ ਮੈਂ ਇਹ ਕਹਿੰਦੀ ਹਾਂ ਕਿ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਕੀਤੀ ਸੀ, ਤੁਸੀਂ ਇਹ ਚੀਜ਼ ਸੋਚਿਓ, ਮੈਨੂੰ ਨਤੀਜੇ ਦੀ ਕੋਈ ਪਰਵਾਹ ਨਹੀਂ, ਮੈਂ ਸਾਧ ਸੰਗਤ ਲਈ ਲੜਦੀ ਹਾਂ, ਲੜਦੀ ਰਹੂੰਗੀ, ਵਾਹਿਗੁਰੂ ਮੇਰੀ ਝੋਲੀ ਫਤਿਹ ਪਾਉਣ, ਤਾਂ ਇਹਨਾਂ ਨੂੰ ਕੰਮ ਕਰਕੇ ਦੱਸੀਏ। 11 ਵਾਰ ਦੀ ਕਾਂਗਰਸ ਜੇਤੂ ਰਹੀ ਹੈ, 5 ਵਾਰ ਦੀ ਬੀਜੇਪੀ ਰਹੀ ਹੈ, 1 ਵਾਰ ਦੀ ਜਨਤਾ ਪਾਰਟੀ ਰਹੀ ਹੈ, ਕਿ ਸਾਡੇ ਕਿਸੇ ਪਿੰਡ 'ਚ ਐਂਬੂਲੈਂਸ ਹੈ, ਸਾਡੇ ਕਿਸੇ ਕੋਲ ਇੱਦਾਂ ਦਾ ਹੋਸਪਿਟਲ ਹੈ? ਇਹ ਕਹਿੰਦੇ ਸਾਡੇ 13 ਜਿਤਾ ਦਿਓ, ਜਿਹੜੇ ਹੁਣ ਹੈਗੇ ਆ ਪਾਰਟੀ, ਜਿਨ੍ਹਾਂ ਦੀ ਸਰਕਾਰ ਹੈ ਪੰਜਾਬ 'ਚ, ਪਹਿਲੇ 5 ਜਿਤਾਏ ਉਹ ਇੰਗਲੈਂਡ ਦੇ ਵਿੱਚ, ਉਹ ਇਨਸਾਨ ਹੈ ਤਾਂ ਸਾਡੇ ਬਾਕੀ ਇਨਸਾਨ ਨਹੀਂ, ਬਾਕੀ ਕੋਈ ਭਾਈਚਾਰਾ ਨਹੀਂ ਹੈ, ਮੇਰੇ ਮੁੱਦੇ ਕੰਮ ਦੇ ਰਹਿਣਗੇ, ਮੇਰੇ ਮੁੱਦੇ ਲੋਕਾਂ ਦੇ ਨਾਲ ਜੁੜੇ ਰਹਿਣਗੇ, ਸਿਹਤ ਨਾਲ ਰਹਿਣਗੇ, 9 ਵਿਧਾਨ ਸਭਾ ਹਲਕੇ ਨੇ, 9 ਲਾਇਬ੍ਰੇਰੀਜ ਬਣਾ ਕੇ ਦਊਂਗੀ, ਜਿਨ੍ਹਾਂ ਨੂੰ ਪੜ੍ਹ ਕੇ ਕਿਤਾਬਾਂ ਨੂੰ ਮੈਂ ਇਸ ਮੈਦਾਨ 'ਚ ਉਤਰੀ ਹਾਂ, ਮੈਂ ਚਾਹਾਂਗੀ ਬਾਕੀ ਮੇਰੇ ਭੈਣ ਭਰਾ ਵੀ ਪੜ੍ਹਨ, ਲੋਕ ਬੱਚੇ ਨਸ਼ੇ ਛੱਡਣਾ ਚਾਹੁੰਦੇ ਆ, ਚਾਹੇ ਮੇਰੇ ਤੋਂ ਛੋਟੀ ਉਮਰ ਦੇ ਨੇ, ਚਾਹੇ ਮੇਰੇ ਤੋਂ ਵੱਡੀ ਉਮਰ ਦੇ ਨੇ, ਜਿਹੜੇ ਨਸ਼ਾ ਕਰਦੇ ਆ, ਉਹ ਉਹਨਾਂ ਕੋਈ ਰੋਲ ਮਾਡਲ ਨਹੀਂ ਹੈ, ਉਹ ਕੀ ਕਰਨ, ਉਹਨਾਂ ਕੋਈ ਰੁਜ਼ਗਾਰ ਨਹੀਂ ਹੈ, ਸਰਕਾਰਾਂ ਬਸ ਵੋਟਾਂ ਵੇਲੇ ਬਾਹਰ ਨਿਕਲਦੇ ਆ।
ਵੋਟਾਂ ਤੋਂ ਬਾਅਦ ਫਿਰ ਉਹੀ ਇਹਨਾਂ ਦਾ ਹਾਲ। ਮੈਂ ਹੱਥ ਬੰਨ ਅਪੀਲ ਕਰਦੀ ਕਿ ਮੇਰੇ ਕੋਲ ਪੈਸਾ ਨਹੀਂ ਹੈ, ਮੈਂ ਕਿਸੇ ਤੋਂ ਫੰਡ ਨਹੀਂ ਲਿਆ ਤੇ ਮੈਂ ਤੁਹਾਡੇ ਸਹਿਯੋਗ ਨਾਲ ਇੱਥੋਂ ਤਾਈਂ ਆਈ ਹਾਂ। ਮੈਂ ਅਪੀਲ ਕਰਦੀ ਹਾਂ ਕਿ ਮੇਰਾ ਵੱਧ ਤੋਂ ਵੱਧ ਸਹਿਯੋਗ ਦਿਓ ਤੇ 1 ਜੂਨ ਨੂੰ ਮੇਰੇ ਤੇ ਟਾਰਚ ਦਾ ਚੋਣ ਨਿਸ਼ਾਨ ਹੈ ਉਹਨੂੰ ਦਬਾਓ ਤੇ 4 ਜੂਨ ਨੂੰ ਮੇਰੇ ਝੋਲੇ ਫਤਿਹ ਪਾਓ ਤੇ ਆਪਾਂ ਸਾਰੇ ਇਹਨਾਂ ਨੂੰ ਕੰਮ ਕਰਕੇ ਦੱਸੀਏ। ਜੇ ਨਸ਼ਿਆਂ ਦੀ ਗੱਲ ਕਰੀਏ ਤੇ ਸਰਕਾਰਾਂ ਦੇ ਜਿਹੜੇ ਚਿਹਰੇ ਬਦਲੇ ਆ, ਲੇਕਿਨ ਨਸ਼ਿਆਂ ਦੇ ਸੌਦਾਗਰ ਜਿਹੜੇ ਨਿਰੰਤਰ ਉਸੇ ਤਰੀਕੇ ਨਾਲ ਚੱਲਦੇ ਰਹਿੰਦੇ ਆ, ਤੇ ਤੁਸੀਂ ਇਹਦਾ ਦੋਸ਼ੀ ਕਿਸ ਨੂੰ ਮੰਨਦੇ ਹੋ? ਮੈਂ ਪਹਿਲੇ ਨੰਬਰ ਤੇ ਦੋਸ਼ੀ ਮੰਨਦੀ ਹਾਂ ਕਿ ਸਾਡੀ ਬਾਰਡਰ ਸਟੇਟ ਹੈ ਤੇ ਬਾਰਡਰ DIG ਸਾਹਿਬਾਨ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਇੰਨੀ ਸਾਡੀ ਮੈਨੂੰ ਆਪਣੀ ਬਿਊਰੋਕਰੇਸੀ ਤੇ ਇੰਨਾ ਪੇਤ ਹੈ ਕਿ ਜਿੱਥੇ ਇੱਕ ਸੂਈ ਤਾਂ ਨਹੀਂ ਆ ਸਕਦੀ, ਪੱਤਾ ਨਹੀਂ ਆ ਸਕਦਾ। ਇੱਥੇ ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਵੀ ਅਪੀਲ ਕਰਦੀ ਹਾਂ ਕਿ ਤੁਸੀਂ ਸਾਡੇ ਲਈ ਤਾਂ ਉਹ ਲਾ ਤੇ ਸਿਮਟ ਦੇ, ਪਿੱਲਰ ਬਣਾ ਕੇ ਵਿੱਚ ਸਰੀਏ ਲਾ ਤੇ। ਜੇ ਇਹੀ ਸਰੀਆ ਸਿਮਟ ਤੁਸੀਂ ਬਾਰਡਰ ਤੇ ਲਾ ਦਿੰਦੇ ਨਾ ਗੁਰਦਾਸਪੁਰ ਵਾਲੀ ਬੈਲਟ ਤੇ, ਇੰਨੀ ਵਾਰ ਤੁਹਾਡੀ ਪਾਰਟੀ ਇੱਥੋਂ ਜੇਤੂ ਰਹੀ ਹੈ, ਸ਼ਾਇਦ ਇੱਥੇ ਕੋਈ ਨਸ਼ੇ ਨੂੰ ਠੱਲ ਪੈਂਦੀ। ਤਾਂ ਇੱਥੇ ਕੇਂਦਰ ਨੂੰ, ਕਿਉਂਕਿ ਕੇਂਦਰ ਦਾ ਏਰੀਆ ਆ ਜਾਂਦਾ ਨਾ BSF ਦੇ ਕੋਲ, ਹੈ ਕਹਿੰਦੇ ਕਿ 50 ਕਿਲੋਮੀਟਰ ਦਾ ਦਾਇਰਾ। ਉਸ ਤੋਂ ਬਾਅਦ ਚਾਹੇ ਥਾਣੇ ਦੇ SHO ਤੋਂ ਲੈ ਕੇ ਤੇ ਚਾਹੇ ਆਪਾਂ ਇੱਕ ਕੀ ਕਹਿ ਸਕਦੇ ਹਾਂ SDM ਸਾਹਿਬ ਤੱਕ, ਉਹਨਾਂ ਨੂੰ ਵੀ ਚਾਹੀਦਾ ਹੈ ਕਿ ਨਹੀਂ ਆਪਾਂ ਕਾਨੂੰਨ ਸਟ੍ਰਿਕਟ ਬਣਾਈਏ ਕਿ ਸਾਡੀ ਬਿਊਰੋਕਰੇਸੀ ਵੱਡੀ ਹੈ। ਮੈਂ ਫੇਰ ਅਪੀਲ ਕਰਦੀ ਕਿ ਬਿਊਰੋਕਰੇਸੀ ਵੱਡੀ ਹੈ, ਨਾ ਕਿ ਜਿਹੜੇ ਨਸ਼ੇ ਦੇ ਸੌਦਾਗਰ ਉਹ ਵੱਡੇ ਨੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।